ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਤ੍ਰਹਿ ਦਿਸ ਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਚੇਤੋ ਬਾਸੁਦੇਓ ਬਨਵਾਲੀ, ਰਾਮ ਹਿਰਦੈ ਜਪ ਮਾਲੀ ਰਹਾਉ। ਉਰਦ ਮੂਲ ਜਿਸ ਸਾਖ ਤਲਾਹਾ, ਚਾਰ ਬੇਦ ਜਿਤ ਲਾਗੇ। ਸਹਿਜ ਭਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਪਾਰ ਜਾਤ ਕਰ ਆਗਨ ਮੇਰੈ, ਪਾਰ ਜਾਤ ਕਰ ਆਂਗਨ ਮੇਰੈ। ਪੁਰ ਪੋਪ ਪਤਰ ਤਤ ਡਾਲਾ, ਸਰਬ ਜੋਤ ਨਿਰੰਜਨ ਸੰਭੂ, ਛੋਡੋ ਬਹੁਤ ਜੰਜਾਲਾ। ਸੁਣ ਸਿਖਵੰਤੇ ਨਾਨਕ ਬਿਨਵੈ, ਛੋਡੋ ਮਾਇਆ ਜਾਲਾ। ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨਾ ਕਾਲਾ। ਸੋ ਗੁਰੂ ਸੋ ਸਿੱਖ ਕਥੀਅਲੇ, ਸੋ ਵੈਦ ਜੇ ਜਾਣੈ ਰੋਗੀ। ਤਿਸ ਕਾਰਣ ਕੰਮ ਨਾ ਧੰਦਾ, ਨਾ ਹੀ ਧੰਦੈ ਗਿਰਹੀ ਜੋਗੀ। ਕਾਮ ਕ੍ਰੋਧ ਅਹੰਕਾਰ ਤਜਿਅਲੇ, ਲੋਭ ਮੋਹ ਤਿਸ ਮਾਇਆ। ਮਨ ਤਤ ਅਵਿਗਤ ਧਿਆਇਆ, ਗੁਰ ਪ੍ਰਸਾਦੀ ਪਾਇਆ। ਗਿਆਨ ਧਿਆਨ ਸਭ ਦਾਤ ਕਥਿਅਲੇ, ਸੇਤ ਬਰਨ ਸਭ ਦੂਤਾ। ਬ੍ਰਹਮ ਕਮਲ ਮਦ ਸਤਾਸ ਰਸਾਦੰ, ਜਾਗਤ ਨਾਹੀ ਸੂਤਾ। ਮਹਾਂ ਗੰਭੀਰ ਪਤਰ ਪਤਾਲਾ, ਨਾਨਕ ਸਰਬ ਜੁਆਇਆ। ਉਪਦੇਸ ਗੁਰੂ ਮਮ ਪੁਨ ਹੈ ਨਾ ਗਰਭੰ, ਬਿਖ ਤਜ ਅੰਮ੍ਰਿਤ ਪਿਆਇਆ। ਮਹਾਂ ਗੰਭੀਰ ਪਤਰ ਪਤਾਲਾ, ਨਾਨਕ ਸਰਬ ਜੁਆਇਆ। ਉਪਦੇਸ ਗੁਰੂ ਮਮ ਪੁਨੈ ਨਾ ਗਰਭੰ, ਬਿਖ ਤਜ ਅੰਮ੍ਰਿਤ ਪਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਗੁਜਰੀ ਰਾਗ ਵਿੱਚ ਅਸ਼ਟਪਦੀਆਂ ਵਾਲਾ ਇਹ ਸ਼ਬਦ ਹੈ ਉਚਾਰਨ ਕੀਤਾ ਹੋਇਆ। ਘਰ ਪਹਿਲੇ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਪਰਮਾਤਮਾ ਇੱਕ ਹੈ, ਜਿਸ ਦੇ ਨਾਲ ਮਿਲਾਪ ਸਤਿਗੁਰੂ ਦੀ
ਬਖਸ਼ਿਸ਼ ਦੇ ਨਾਲ ਹੁੰਦਾ ਹੈ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਭਾਈ, ਸਰਵ ਵਿਆਪਕ ਜਗਤ ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ, ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਓ, ਇਸ ਨੂੰ ਆਪਣੀ ਮਾਲਾ ਬਣਾਓ, ਠਹਿਰਾਓ। ਇਸ ਇੱਕੋ ਹੀ ਸਰੀਰ ਨਗਰ ਵਿੱਚ ਕਾਮ ਆਦਿਕ ਪੰਜ ਚੋਰ ਵਸੇ ਹੋਏ ਹਨ। ਵਰਜਦਿਆਂ ਵੀ ਇਹਨਾਂ ਵਿੱਚੋਂ ਹਰੇਕ ਇਸ ਨਗਰੀ ਵਿਚਲੇ ਆਤਮਕ ਗੁਣਾਂ ਨੂੰ ਚੁਰਾਉਣ ਲਈ ਉੱਠ ਦੌੜਦਾ ਹੈ। ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜਿਹੜਾ ਮਨੁੱਖ ਇਹਨਾਂ ਪੰਜਾਂ ਤੋਂ, ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦਰੀਆਂ ਤੋਂ ਆਪਣਾ ਆਤਮਕ ਗੁਣਾਂ ਦਾ ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ, ਉਹ ਇਹਨਾਂ ਤੋਂ ਸਦਾ ਲਈ ਖਲਾਸੀ ਪ੍ਰਾਪਤ ਕਰ ਲੈਂਦਾ। ਜਿਸ ਮਾਇਆ ਦਾ ਮੂਲ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ ਮਾਇਆ ਦੇ ਬਲ ਦੇ ਜ਼ਿਕਰ ਵਿੱਚ ਲੱਗੇ ਰਹੇ ਹਨ, ਉਹ ਮਾਇਆ ਸਹਿਜੇ ਹੀ ਉਹਨਾਂ ਬੰਦਿਆਂ ਤੋਂ ਪਰੇ ਹਟ ਜਾਂਦੀ ਹੈ ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ, ਕਿਉਂਕਿ ਉਹ ਬੰਦੇ, ਹੇ ਨਾਨਕ, ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ। ਇਹ ਸਾਰਾ ਜਗਤ ਜਿਸ ਪਾਰਜਾਤ ਪ੍ਰਭੂ ਦਾ ਫੁੱਲ, ਪੱਤਰ, ਡਾਲੀਆਂ ਆਦਿਕ ਪਸਾਰਾ ਹੈ, ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤ ਸਭ ਜੀਵਾਂ ਵਿੱਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ ਸਰਵ ਇੱਛਾ ਪੂਰਕ ਪਰਪਾਰ ਜਾਤ ਪ੍ਰਭੂ ਮੇਰੇ ਹਿਰਦੇ ਆਂਗਨ ਵਿੱਚ ਪ੍ਰਗਟ ਹੋ ਗਿਆ ਹੈ ਅਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ। ਹੇ ਭਾਈ, ਤੁਸੀਂ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓ, ਇਸ ਤਰ੍ਹਾਂ ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ। ਹੇ ਮੇਰੀ ਸਿੱਖਿਆ ਸੁਣਨ ਵਾਲੇ ਭਾਈ, ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ, ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ ਮਾਇਆ ਦੇ ਬੰਧਨ ਤਿਆਗ ਸਕੇਗਾ। ਜਿਸ ਮਨੁੱਖ ਦੇ ਮਨ ਵਿੱਚ ਸੋਚ ਮੰਡਲ ਵਿੱਚ ਇੱਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ, ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਜਿਸ ਮਨੁੱਖ ਨੇ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲਿਆ, ਉਹ ਗੁਰੂ ਕਿਹਾ ਜਾ ਸਕਦਾ ਹੈ, ਉਹ ਅਸਲ ਸਿੱਖ ਕਿਹਾ ਜਾ ਸਕਦਾ ਹੈ, ਉਹ ਅਸਲ ਵੈਦ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਹੋਰ ਆਤਮਕ ਰੋਗੀਆਂ ਦੇ ਰੋਗ ਸਮਝ ਲੈਂਦਾ ਹੈ। ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਦੁਨੀਆਂ ਦਾ ਕੰਮ ਧੰਦਾ ਉਸਨੂੰ ਵਿਆਪ ਨਹੀਂ ਸਕਦਾ। ਪ੍ਰਭੂ ਦੇ ਸਿਮਰਨ ਸਦਕਾ ਉਹ ਮਾਇਆ ਦੇ ਬੰਧਨ ਵਿੱਚ ਨਹੀਂ ਫਸਦਾ, ਉਹ ਗ੍ਰਹਿਸਥੀ ਹੁੰਦਾ ਵੀ ਯੋਗੀ ਹੈ। ਜਿਸ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਵਿੱਚ ਜਗਤ ਮੂਲ ਆਦਰਸ਼ਟ ਪ੍ਰਭੂ ਨੂੰ ਸਿਮਰਿਆ ਅਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ, ਉਸਨੇ ਕਾਮ, ਕ੍ਰੋਧ ਅਤੇ ਅਹੰਕਾਰ ਤਿਆਗ ਦਿੱਤਾ, ਉਸਨੇ ਲੋਭ, ਮੋਹ ਅਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ,
ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ ਚਰਨਾਂ ਵਿੱਚ ਸੁਰਤ ਜੁੜਨੀ, ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ। ਜਿਸ ਨੂੰ ਇਹ ਦਾਤ ਮਿਲਦੀ ਹੈ, ਉਸ ਨੂੰ ਤੱਕ ਕੇ ਕਾਮ ਆਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ, ਕਿਉਂਕਿ ਸਿਮਰਨ ਦੀ ਬਰਕਤ ਨਾਲ ਉਸਦੇ ਹਿਰਦੇ ਵਿੱਚ ਮਾਨੋ ਬ੍ਰਹਮ ਰੂਪ ਕਮਲ ਦਾ ਸ਼ਹਿਦ ਚੋਣ ਲੱਗ ਪੈਂਦਾ ਹੈ। ਉਸ ਨਾਮ ਅੰਮ੍ਰਿਤ ਸ਼ਹਿਦ ਦਾ ਰਸ ਉਹ ਮਨੁੱਖ ਚੱਖਦਾ ਹੈ, ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ। ਮਾਇਆ ਮੋਹ ਦੀ ਨੀਂਦ ਵਿੱਚ ਗਾਫਲ ਨਹੀਂ ਹੁੰਦਾ। ਹੇ ਨਾਨਕ, ਜੋ ਪ੍ਰਭੂ ਵੱਡੇ ਜਿਗਰੇ ਵਾਲਾ, ਸਾਰੇ ਪਤਾਲ, ਸਾਰਾ ਸੰਸਾਰ ਜਿਸ ਪਾਰਜਤ ਪ੍ਰਭੂ ਦੇ ਪੱਤਰ ਪਸਾਰਾ ਹਨ, ਜੋ ਸਭ ਜੀਵਾਂ ਵਿੱਚ ਵਿਆਪਕ ਹੈ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਉਸ ਦਾ ਨਾਮ ਅੰਮ੍ਰਿਤ ਪੀਤਾ ਅਤੇ ਮਾਇਆ ਦਾ ਜ਼ਹਿਰ ਤਿਆਗਿਆ। ਹੁਣ ਮੇਰਾ ਮੁੜ ਗਰਭਵਾਸ ਜਨਮ ਮਰਨ ਨਹੀਂ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਡ ਬਾਏ ਆਵਰ ਫਸਟ ਗੁਰੂ, ਗੁਰੂ ਨਾਨਕ ਦੇਵ ਜੀ, ਅੰਡਰ ਹੈਡਿੰਗ ਗੁਜਰੀ ਅਸ਼ਟਪਦੀਆ ਮਹਿਲ ਫਸਟ ਹਾਊਸ ਫਸਟ ਵਨ ਯੂਨੀਵਰਸਲ ਕ੍ਰੀਏਟਰ ਬਾਏ ਦਾ ਗ੍ਰੇਸ ਆਫ ਦਾ ਟਰੂ ਗੁਰੂ। ਗੁਰੂ ਸਾਹਿਬ ਜੀ ਸੇਜ਼ ਦੈਟ, ਹੇ ਬ੍ਰਦਰ, ਆਲਵੇਜ਼ ਰਿਮੈਂਬਰ ਦਾ ਲੋਰਡ ਆਫ ਦਾ ਯੂਨੀਵਰਸ, ਕੀਪ ਦਾ ਲੋਰਡ ਇਨ ਯੂਅਰ ਹਰਟ, ਮੇਕ ਇਟ ਯੂਅਰ ਗਾਰਲੈਂਡ ਸਟੇ ਇਨ ਦਿਸ ਸੇਮ ਬੋਡੀ ਸਿਟੀ ਦੇਅਰ ਆਰ ਫਾਈਵ ਥੀਵਸ ਲਿਵਿੰਗ ਡਿਸਪਾਈਟ ਪ੍ਰੋਹਿਬਿਸ਼ਨਸ, ਈਚ ਵਨ ਆਫ ਦੈਮ rises and runs to steal the spiritual qualities in this city. Having God in his heart, he who saves his spiritual qualities from these thieves, the three qualities of Maya, and from the ten senses, O Nanak, he obtains eternal salvation from them. The Lord of Maya, whose origin is above the influence of Maya, the universe under the influence of Maya, in which the four Vedas are engaged, mentioning the power of Maya, that Maya would easily have gone beyond those men, is those who dwell God in their hearts, because that man, O Nanak, by adding Surti to the feet of God, they remain alert from the attacks of Maya. This whole world of which Parjat Prabhu is spread like flowers, who is the Lord, who is the origin of the whole world, whose light is spreading in all beings, who is beyond the influence of Maya, whose light is from himself, that all desire fulfilling
Parjat Lord has become manifest in my heart, and the entanglements of Maya have disappeared from within me. O brother, you also dwell God in your heart. In this way, you will be able to leave most of the tangles of Maya. O brother, who listens to my teaching, listen to what Nanak prays, keep the name of the God in your heart. Thus, you will be able to renounce the bonds of Maya. A person who has the life of one God in his mind does not have to be born and die again and again. The man who has settled God in his heart, he can be called a guru, he can be called a real Sikh, he can be called a real physician, because he understands the diseases of other spiritual patients. With the blessing of God's meditation, the world's visions cannot overwhelm him. Due to Lord's meditation, he is not trapped in the bonds of Maya. He is Grihasthi, also a yogi. The man who, with the grace of the Guru, has meditated in his mind on the invisible God, Lord, the origin of the world, and has attained union with him, has given up lust, anger, and ego. He has given up lust, attachment, and Maya. Deep communion with God, joining the soul at the Lord's feet, all this can be called the gift of the Lord. In his heart, as if the honey of the Brahma Forum lotus, selection begins of that Nam Amrit honey. Use that man tastes, therefore he is aware of the attacks of Maya, Moho. In sleep is not oblivious. O Nanak, who is the Lord with a large liver, who is the latter Pasara of all the nether worlds, the whole world of which Parjat Prabhu, who is pervading all beings with the blessing of the Guru's instruction, I have drunk
his name Amrit and renounced the poison of Maya. Yes, now I will not be pregnant, birth and death again and again. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।